ਕਹਿ ਜੀ ਗੱਲ ਕੀਤੀ ਆ ਤੇ ਮੇਰਾ ਨਹੀਂ ਲੱਗਾ ਟਾਈਮ ਗੁਰਦੁਆਰੇ ਜਾਣ ਦਾ, ਫਿਰ ਮੇਰੇ ਕੋਲ ਸਾਰੇ ਲੰਗਰ ਵਾਲੇ ਇਕੱਠੇ ਹੋ ਕੇ ਆਏ ਆ ਤੇ ਸੋਚ ਸਮਝ ਕੇ ਅਸੀਂ ਫੈਸਲਾ ਮੋਦਵਾਰਾਂ ਨੇ ਕੀਤਾ ਹੈ। ਇਹਨਾਂ ਮੰਗ ਤਾਂ ਮੇਰੀ ਕੀਤੀ ਪਰ ਅਸੀਂ ਇਹਨਾਂ ਨੂੰ 3500 ਰੁਪਏ ਦੇ ਰੇਟ ਦੀ ਹਾਂ ਕੀਤੀ ਆ ਤੇ ਜੇ ਸਮਝ ਗਿਆ ਜ਼ਿਮੀਂਦਾਰ ਭਰਾ 3500 ਕੋਈ ਜ਼ਿਆਦਾ ਵੀ ਨਹੀਂ, ਆਪਾਂ ਠੇਕਾ ਦੇ ਇੱਕ ਦੂਜੇ ਦੇ ਕੰਧਾਂ ਦੇ ਉੱਤੋਂ ਟੱਪ ਰੱਖਦੇ ਨੇ 5-5, 10-10 ਹਜ਼ਾਰ ਰੁਪਇਆ ਵਧਾਉਂਦੇ ਹਾਂ, ਕਦੀ ਆਹ ਕਰਦੇ ਕਦੀ ਆਹ ਕਰਦੇ। ਜੇ ਗਰੀਬਾਂ ਨੇ ਆਪਣੇ ਘਰੋਂ ਖਾਣਾ ਜੇ ਖਾਂਦੇ ਆ ਤਾਂ ਖਾਣ ਦੇਈਏ, ਤੇ ਗਰੀਬਾਂ ਦਾ ਮਾੜਾ ਨਾ ਸੋਚੋ, ਜਿਹੜਾ ਸੋਚਦਾ ਉਹਦਾ ਮਾਲਕ ਸੋਚਦਾ। ਫਿਰ ਹੁਣ ਸਾਡੇ ਲੋਕ 3500 ਸਾਰੇ ਪਰਿਵਾਰ ਪੰਚਾਇਤ ਦੇਵਾਂਗੇ। ਇੱਕ ਮਿੰਟ ਤੁਹਾਡੇ ਅੱਗੇ ਵੀ ਇਹ ਬੇਨਤੀ ਹੈ ਵੀ ਜਿਸ ਤੋਂ 3500 ਰੁਪਇਆ ਉਹਦੀ ਤਸੱਲੀ ਕਰਾ ਕੇ ਨਿਕਲਣਾ, ਉਹਦੀ ਵੀ ਹੱਕ ਰਸੀ ਹੋਵੇ ਤੇ ਤਾਰੋ ਅੱਗੇ ਦਾ ਤੇ ਪਿੱਛੋਂ ਦਾ 3500 ਰੁਪਇਆ ਰੇਟ ਦੇ। ਇਹ ਨੀ ਵੀ ਦੋ ਰੇਟ ਡਾਲੇ, ਮੈਂ ਗੱਲ ਸ਼ੁਰੂ ਕਰਤੀ ਹੈ, ਤਾਰੋ ਅੱਗੇ ਵੀ 3500, ਤਾਰੋ ਪਿੱਛੇ ਵੀ 3500, ਅੱਗੇ ਪਹਿਲਾਂ ਲਾ ਲਓ ਜਾਂ ਮਗਰੋਂ ਲਾ ਲਓ, ਤੁਹਾਡੀ ਆਪ ਦੀ ਰਜਾ ਸੀਲੀ ਆ ਤੇ 3500 ਰੁਪਇਆ ਤੁਸੀਂ ਜਾਇਜ਼ ਮੰਗਿਆ, ਅਸੀਂ ਉਹਨੂੰ ਪ੍ਰਵਾਨ ਕੀਤਾ ਹੈ ਤੇ 3500 ਰੁਪਇਆ ਅੱਜ ਤੋਂ ਤੁਹਾਡਾ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਵੀ ਉਹ ਵੀਰੋ ਨਾ ਸਹਿਜੋ ਨਹੀਂ ਆ ਗਿਆ।